ਕੋਟਕਪੂਰਾ ਦੇ ਇੱਕ ਕਾਰੋਬਾਰੀ ਨੂੰ ਕਥਿਤ ਫੋਨ ਤੇ ਧਮਕੀਆਂ ਦੇਣ ਅਤੇ ਕਰੀਬ 50 ਲੱਖ ਰੁਪਏ ਦੀ ਫਰੌਤੀ ਮੰਗਣ ਦੇ ਮਾਮਲੇ ਵਿੱਚ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਅੱਜ ਫਰੀਦਕੋਟ ਪੁਲਿਸ ਵੱਲੋਂ ਲਾਰੈਂਸ ਵਿਸ਼ਨੋਈ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਮਾਣਯੋਗ ਅਦਾਲਤ ਨੇ ਬਟਾਲਾ ਪੁਲਿਸ ਦੀ ਅਪੀਲ ਤੇ ਲਾਰੈਂਸ ਵਿਸ਼ਨੋਈ ਦਾ ਬਟਾਲਾ ਪੁਲਿਸ ਨੂੰ ਟ੍ਰਾਂਜੈਂਟ ਰਿਮਾਂਡ ਦਿੱਤਾ ਹੈ। ਗੱਲਬਾਤ ਕਰਦਿਆਂ DSP ਫਰੀਦਕੋਟ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਲਾਰੈਂਸ ਵਿਸ਼ਨੋਈ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਅੱਜ ਉਸ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਣਯੋਗ ਅਦਾਲਤ ਨੇ ਬਟਾਲਾ ਜ਼ਿਲ੍ਹੇ ਨਾਲ ਸੰਬੰਧਿਤ ਕਿਸੇ ਅਪਰਾਧਿਕ ਮਾਮਲੇ ਵਿੱਚ ਲਾਰੈਂਸ ਨੂੰ ਟ੍ਰਾਂਜੈਂਟ ਰਿਮਾਂਡ ਤੇ ਬਟਾਲਾ ਪੁਲਿਸ ਨੂੰ ਸੌਂਪ ਦਿੱਤਾ। ਬਿਲਕੁਲ ਜੀ, ਅੱਜ ਲਾਰੈਂਸ ਦਾ ਜਿਹੜਾ ਸਾਡੇ ਕੋਲ 2 ਦਿਨ ਦਾ ਪੁਲਿਸ ਰਿਮਾਂਡ ਸੀ ਉਹ ਖਤਮ ਹੋ ਗਿਆ ਸੀ। ਅੱਜ ਇਹਨੂੰ ਦੁਬਾਰਾ ਅਸੀਂ ਕੋਰਟ 'ਚ ਪੇਸ਼ ਕੀਤਾ ਸੀ ਔਰ ਬਟਾਲਾ ਪੁਲਿਸ ਆ ਜਿਹੜੀ ਉਹ ਆਪਣੇ ਕਿਸੇ ਮੁਕੱਦਮੇ ਦੇ ਵਿੱਚ ਇਹਨਾਂ ਨੂੰ ਟ੍ਰਾਂਜੈਕਸ਼ਨ ਰਿਮਾਂਡ 'ਤੇ ਲੈ ਕੇ ਗਈ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨਮਾਈ ਹੇਠ ਐਤਵਾਰ 14 ਅਗਸਤ ਨੂੰ ਲੈਸਟਰ ਕਬੱਡੀ ਕਲੱਬ ਵੱਲੋਂ ਹਿੰਕਲੀ ਦੀਆਂ ਫੁੱਟਬਾਲ ਗਰਾਊਂਡਾਂ ਵਿੱਚ ਕਰਵਾਇਆ ਜਾ ਰਿਹਾ ਕਬੱਡੀ ਟੂਰਨਾਮੈਂਟ। ਲੰਮੇ ਅਰਸੇ ਮਗਰੋਂ ਹੋ ਰਹੇ ਇਸ ਟੂਰਨਾਮੈਂਟ ਸੰਬੰਧੀ ਕਬੱਡੀ ਪ੍ਰੇਮੀਆਂ 'ਚ ਭਾਰੀ ਉਤਸ਼ਾਹ। ਦਰਸ਼ਕਾਂ ਨੂੰ ਸਹੂਲਤ ਲਈ ਫ੍ਰੀ ਪਾਰਕਿੰਗ, ਸਿਕਿਉਰਿਟੀ ਅਤੇ ਲੰਗਰ ਦਾ ਕੀਤਾ ਗਿਆ ਖਾਸ ਪ੍ਰਬੰਧ। ਲੋਕਾਂ ਲਈ ਰਸਾਕਸ਼ੀ ਦਾ ਮੁਕਾਬਲਾ ਹੋਵੇਗਾ ਖਿੱਚ ਦਾ ਕੇਂਦਰ।